फायदा हो ਸਾਧ ਸੰਗਤ ਜੀਓ ਬਟ ਭਾਗੇ ਹੋ
जो गुरु का पंथ खालसा गुरु की सिख संगत अज अपनी जन्म भूमि पहुंचिया हुई ने तख्त श्री केसगढ़ साहिब श्री आनंदपुर साहब की पावन पवित्र धरती के उत्ते गुरु का पंथ खालसा गुरु की लाडलियां फौजा भावे कोई देश के भावे कोई विदेश के दूर दराडे से चल के गुरु की प्यारियां सिख संगत अपनी जन्म भूमि होले महले के पावन पवित्र जोड़ मेले मना रही ने कलगीधर पातशाह महाराज के दर्शन किए जा रहे ने कलगीधर पातशाह महाराज दी रहमत गुरु महाराज का खुशियां अपनी झोल दे विच पाउण दी खातर सिख संगत दूर दराडे तो चल के आ रही है। आओ गुरु के प्यारे जिते आपां गुरु पातशाह दे दर्शन करने ने उत्ते आपां साहबां दी वडियाई करिए जिन्हां ने देश ते कौम दी खातर गुरु पातशाह ने बहुत वड्डे परोपकार कीते ने। इस आनंदा दी कुड़ी नूं धन गुरु कलगीधर पातशाह महाराज ने अनेकां वर दित्ते ने जिन्हां दी बदौलत अज इस धरती की पूजा हो रही है। देशों देशों तो आके सिख संगत इस धरती नमस्कार कर रहे ने। आओ गुरु के प्यारे जिते आप संगत हाजरियां लवा रहे हो उ होले महले के पावन पवित्र जोड़ मेले को मनाया जा रहा है ਅਤੇ ਧਾਤੀ ਦਰਬਾਰ ਦਾ ਆਨੰਦ ਮਾਣ ਰਹੇ ਹੋ। ਆਓ ਗੁਰੂ ਕੇ ਪਿਆਰੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਤਾਂ ਜੋ ਤੁਹਾਡੀ ਤੇ ਸਾਡੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮਨਜ਼ੂਰ ਹੋ ਜਾਵੇ ਪ੍ਰਵਾਨ ਹੋ ਜਾਵੇ। ਵਾਹਿਗੁਰੂ ਕੋ ਮੰਤਰ ਹੈ ਜਪ ਹਮੇ ਖੋਈ। ਗੁਰੂ ਪਾਤਸ਼ਾਹ ਨੇ ਸਾਨੂੰ ਇਹ ਵਾਹਿਗੁਰੂ ਦਾ ਮੰਤਰ ਦਿੱਤਾ ਹੈ। ਵਾਹਿਗੁਰੂ ਦੇ ਮੰਤਰ ਦੇ ਨਾਲ ਜੁੜੀਏ ਗੁਰੂ ਕੇ ਪਿਆਰੇ। ਭਾਵੇਂ ਦੁਨੀਆਂ ਦੇ ਬਥੇਰੇ ਮੰਤਰ ਨੇ ਲੋਕ ਆਰਾਧ ਦੇਣਗੇ ਪਰ ਜਿਹੜਾ ਮੰਤਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੀ ਝੋਲ ਦੇ ਵਿੱਚ ਪਾ ਦਿੱਤਾ ਇਹੋ ਜਿਹਾ ਮੰਤਰ ਸ਼ਾਇਦ ਕਿਤੇ ਸਾਨੂੰ ਹੋਰ ਨਹੀਂ ਮਿਲਦਾ। ਜਿਸ ਮੰਤਰ ਨੂੰ ਜਪਣ ਦੇ ਨਾਲ ਰੱਬ ਯਾਦ ਆਉਂਦਾ ਹੈ ਜਿਸ ਮੰਤਰ ਨੂੰ ਜਪਣ ਦੇ ਨਾਲ ਸਾਡੇ ਸਵਾਸ ਸਫਲ ਹੁੰਦੇ ਨੇ ਜਿਸ ਮੰਤਰ ਨੂੰ ਜਪਣ ਦੇ ਨਾਲ ਦੁੱਖਾਂ ਦਾ ਨਾਸ਼ ਹੁੰਦਾ ਤੇ ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ। ਆਓ ਗੁਰੂ ਕੇ ਪਿਆਰੇ ਉਸ ਮੰਤਰ ਦੀ ਆਰਾਧਨਾ ਕਰੀਏ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਹੁਕਮ ਕੀਤਾ ਹੈ ਆਕੇ ਆਪ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਮਹਾਰਾਜ ਕਹਿੰਦੇ ਜੋ ਸਿੱਖ ਸਿੱਖ ਨੂੰ ਮਿਲੇ ਤੇ ਗੱਜ ਕੇ ਫਤਿਹ ਬੁਲਾਵੇ। ਆਓ ਗੁਰੂ ਕੇ ਪਿਆਰੇ ਆਪਾਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਝੁਕਾਈਏ ਸੀਸ ਬੜੇ ਪਿਆਰ ਸਤਿਕਾਰ ਆਦਰ ਤੇ ਚੜ੍ਹਦੀ ਕਲਾ ਦੇ ਨਾਲ ਬੁਲੰਦ ਆਵਾਜ਼ਾਂ ਦੇ ਵਿੱਚ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੇ ਹੋ ਜੋ ਸਾਹਿਬਾਂ ਦੀ ਹਜ਼ੂਰ ਦੇ ਵਿੱਚ ਜੁੜ ਕੇ ਬੈਠੇ ਹੋ। ਮਹਾਰਾਜ ਕਹਿੰਦੇ ਨੇ ਬਿਨ ਭਾਗੀ ਹਰ ਸੰਗਤ ਪਾਵਾ ਭਾਗੀਨ ਬ੍ਰਹਮ ਛੋਟਾ ਖਾਵਾ ਬਿਨ ਭਾਗਾ ਸਤ ਸੰਗ ਨਾ ਲੱਭਾ ਬਿਨ ਸੰਗਤ ਮੈਲ ਤ੍ਰੀਜਾ ਜੀਓ। ਗੁਰੂ ਕੀਆਂ ਸਿੱਖ ਸੰਗਤਾਂ ਹੋਲੇ ਮਹੱਲੇ ਦੇ ਪਾਵਨ ਪੁੱਤਰ ਜੋੜ ਮੇਲੇ ਨੂੰ ਮਨਾਉਣ ਦੀ ਖਾਤਰ ਅੱਜ ਗੁਰੂ ਕਾ ਪੰਥ ਖਾਲਸਾ ਗੁਰੂ ਕੀਆਂ ਲਾਡਲੀਆਂ ਫੌਜਾਂ ਮਹੰਤ ਸਿੰਘ ਜਥੇਬੰਦੀਆਂ ਗੁਰੂ ਕੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਚੱਲ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਦੇ ਉੱਤੇ ਪਹੁੰਚ ਰਹੇ ਨੇ। ਗੁਰੂ ਮਹਾਰਾਜ ਕਿਰਪਾ ਕਰਨਾ ਆਪ ਸਰਬੱਤ ਗੁਰ ਸੰਗਤਾਂ ਦੇ ਸਿਰ ਤੇ ਮੇਰਾ ਪ੍ਰਿਆਰਥ ਰੱਖਣਾ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀ ਨੂੰ ਦਾਤਾ ਬਖਸ਼ਿਸ਼ ਕਰਨਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਜਿੱਥੇ ਆਪ ਸਰਬੱਤ ਗੁਰ ਸੰਗਤਾਂ ਹਾਜ਼ਰੀਆਂ ਲਵਾ ਰਹੇ ਹੋ ਉੱਥੇ
ਕਿਹੜੀ ਚਾਹਲ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਆਪ ਸੰਗਤਾਂ ਦੇ ਵਾਸਤੇ ਜਿੱਥੇ ਢਾਡੀ ਦੀਵਾਨ ਸਜਾਏ ਜਾ ਰਹੇ ਨੇ ਇੱਥੇ ਆਪ ਸਰਬੱਤ ਗੁਰ ਸੰਗਤਾਂ ਦੇ ਛਕਣ ਦੇ ਲੰਗਰ ਵੀ ਲਾਏ ਹੋਏ ਨੇ। ਗੁਰੂ ਮਹਾਰਾਜ ਰਹਿਮਤਾ ਕਰਨਾ, ਸਰਬੱਤ ਗੁਰ ਸੰਗਤਾਂ ਦੀ ਸੇਵਾ ਥਾਏ ਪਾਉਣਾ ਅਤੇ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਜਾਤਾ ਬਖਸ਼ਿਸ਼ ਕਰਨਾ। ਆਓ ਗੁਰ ਕੇ ਪਿਆਰੋ, ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਵਾਰਤਾ ਪਾਈਏ, ਜਿਨ੍ਹਾਂ ਨੇ ਸਾਡੀ ਖਾਤਰ ਦੇਸ਼ ਤੇ ਕੌਮ ਦੀ ਖਾਤਰ ਬਹੁਤ ਵੱਡੇ ਪਰ ਉਪਕਾਰ ਕੀਤੇ ਨੇ। ਗੁਰੂ ਕੇ ਪਿਆਰੇ, ਅਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਦੇਣਾ ਨਹੀਂ ਦੇ ਸਕਦੇ, ਜਿਨ੍ਹਾਂ ਨੇ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ। ਮਹਾਰਾਜ ਨੇ ਸਾਡੇ ਉੱਤੇ ਐਡੀ ਵੱਡੀ ਕਿਰਪਾ ਕੀਤੀ ਹੈ, ਮਹਾਰਾਜ ਨੇ ਸਾਨੂੰ ਜਿਉਣਾ ਸਿਖਾਇਆ ਹੈ, ਮਹਾਰਾਜ ਨੇ ਸਾਨੂੰ ਸ਼ੇਰਾਂ ਵਾਲਾ ਜੀਵਨ ਦਿੱਤਾ ਹੈ। ਜੋ ਪਰ ਉਪਕਾਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੇ ਉੱਤੇ ਕੀਤੇ ਸ਼ਾਇਦ ਕੋਈ ਹੋਰ ਨਾ ਕਰ ਸਕੇ। ਗੁਰੂ ਮਹਾਰਾਜ ਨੇ ਸਾਡੀ ਖਾਤਰ ਸਭ ਕੁਝ ਬਾਰ ਦਿੱਤਾ, ਪਰ ਗੁਰੂ ਕੇ ਪਿਆਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਮੰਗੀ। ਕਲਗੀ ਵਾਰਿਆ ਤੇਰੀਆਂ ਕਰਨੀਆਂ ਨੇ, ਕਲਗੀ ਵਾਰਿਆ ਤੇਰੀਆਂ ਕਰਨੀਆਂ ਨੇ, ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਗੁਣ ਵੱਡੇ, ਤੇਰੇ ਚੋਜ ਵੱਡੇ, ਤੇਰੇ ਚੋਜੀਆਂ ਗੁਣਾਂ ਦਾ ਭੰਡਾਰ ਵੱਡਾ। ਇਹ ਜੁਗਾ ਜੁਗਾ ਤੱਕ ਨਾ ਲੱਗਣਾ ਖਾਲਸੇ ਤੇ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ। ਮਹਾਰਾਜ ਨੇ ਸਾਡੀ ਖਾਤਰ ਬਹੁਤ ਵੱਡੇ ਪਰ ਉਪਕਾਰ ਕੀਤੇ। ਇਸ ਆਨੰਦਾਨੰਦਪੁਰ ਨੂੰ ਮਹਾਰਾਜ ਨੇ ਅਨੇਕਾਂ ਵਾਰ ਦਿੱਤੇ। ਜਦੋਂ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਤੇ ਮਹਾਰਾਜ ਨੇ ਆਨੰਦਾਨੰਦਪੁਰ ਨੂੰ ਵਰ ਦਿੱਤੇ ਕਿ ਤੇਰੀ ਜੁਗਾਂ ਜੁਗਾਂਤਰ ਤੱਕ ਪੂਜਾ ਹੁੰਦੀ ਰਿਹਾ ਕਰੇਗੀ। ਆਏ ਸਾਲ ਗੁਰੂ ਕਾ ਪੰਥ ਖਾਲਸਾ ਤੇਰੀ ਇਸ ਧਰਤੀ ਦੇ ਉੱਤੇ ਆ ਕੇ ਹੋਲੇ ਮਹੱਲੇ ਦੇ ਇਸ ਪਾਵਨ ਪੁੱਤਰ ਜੋੜ ਮੇਲ ਨੂੰ ਮਨਾਇਆ ਕਰੇਗਾ ਤੇ ਤੇਰੇ ਨਾਲ ਵਾਅਦਾ ਕਰਦੇ ਆ ਜਦੋਂ ਗੁਰੂ ਕਾ ਪੰਥ ਖਾਲਸਾ ਇੱਥੇ ਮਹੱਲਾ ਖੇਡਿਆ ਕਰੇਗਾ ਅਸੀਂ ਖੁਦ ਵਰ ਕੇ ਕਰਾਂਗੇ। ਤੇ ਮਹਾਰਾਜ ਨੇ ਇਸ ਧਰਤੀ ਨੂੰ ਵਰ ਦਿੱਤੇ ਨੇ। ਆਓ ਗੁਰੂ ਕੇ ਪਿਆਰੇ ਕਲਗੀਧਰ ਪਾਤਸ਼ਾਹ ਮਹਾਰਾਜ ਹੈ ਜਿਨ੍ਹਾਂ ਨੇ ਸਾਡੀ ਖਾਤਰ ਪਰ ਉਪਕਾਰ ਕੀਤੇ। ਟੱਕਿਓ ਕਲਗੀਧਰ ਪਾਤਸ਼ਾਹ ਮਹਾਰਾਜ ਸਾਡੀ ਕਾਮਰ ਇਸ ਧਰਤੀ ਦੇ ਉੱਤੇ 9 ਸਾਲ ਦੀ ਉਮਰ ਦੇ ਵਿੱਚ ਹੈ, 9.5 ਸਾਲ ਦੀ ਉਮਰ ਹੈ। ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਕੁਰਬਾਨੀ ਕਰਨ ਦੀ ਖਾਤਰ ਦਿੱਲੀ ਦੀ ਧਰਤੀ ਦੇ ਉੱਤੇ ਤੋਰਦੇ ਨੇ। ਇੱਕ ਟੱਪਦਾ ਧਰਮ ਚਾਉਣ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ਹਾਦਤਾਂ ਜਾ ਪੀਂਦੇ ਨੇ। ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਪਾਤਸ਼ਾਹ ਦਾ ਇਸ ਧਰਤੀ ਨਾਲ ਵੱਖ ਕੀਤਾ ਜਾਂਦਾ ਹੈ। ਪਰ ਗੁਰੂ ਕੇ ਪਿਆਰੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੇ ਵਿੱਚ ਸੀਨੀ ਕੀਤੀ ਮਹਾਰਾਜ ਕਹਿੰਦੇ ਸਾਡਾ ਸਿਰ ਜਾਂਦਾ ਤਾਂ ਜਾਵੇ
ਪਰ ਸਿੱਖੀ ਸਦਕ ਨਾ ਜਾਵੇ। ਤੇ ਗੁਰੂ ਦੇ ਪਿਆਰੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਘਰ ਦਾ ਸੰਸਕਾਰ ਭਾਈ ਲੱਕੀ ਸ਼ਾਹ ਵਣਜਾਰਾ ਆਪਣੇ ਘਰ ਦੇ ਵਿੱਚ ਲੈ ਗਿਆ, ਉਸ ਧਰ ਨੂੰ ਆਪਣੇ ਘਰ ਨੂੰ ਲਾਗੂ ਲਾ ਦਿੱਤਾ। ਕਿੱਡੇ ਪਿਆਰ ਵਾਲੇ ਸਿੱਖ ਨੇ, ਉਹਨਾਂ ਦੇ ਅੰਦਰ ਕਿੰਨਾ ਵਿਸ਼ਵਾਸ ਹੈ, ਕਿੰਨਾ ਪ੍ਰੇਮ ਹੈ ਗੁਰੂ ਮਹਾਰਾਜ ਦੀ ਖਾਤਰ, ਆਪਣੀ ਜ਼ਿੰਦਗੀ ਤੇ ਭੋਗ ਕਮਾਇਆ। ਤੇ ਇੱਧਰ ਬੱਚੇ ਭਾਈ ਜਾਤਾ ਜੀ, ਜਿਨ੍ਹਾਂ ਨੇ ਹਿੰਮਤ ਕੀਤੀ ਤੇ ਅਕਾਲ ਪੁਰਖ ਪਰਮਾਤਮਾ ਨੇ ਕਲਾ ਵਰਤਾਈ ਤੇ ਮਹਾਰਾਜ ਦਾ ਸੀਸ ਲੈ ਕੇ ਅੱਜ ਰਾਤ ਦਿਨ ਮੰਜਲਾ ਮਾਰਦੇ ਹੋਏ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਚਾਲਾ ਮਾਰ ਦਿੱਤਾ। ਜਦੋਂ ਚਾਲਾ ਮਾਰਿਆ ਤੇ ਗੁਰੂ ਕੇ ਪਿਆਰੇ ਬੱਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਨੇ ਭਾਈ ਜਾਤਾ ਜੀ। ਤੇ ਇੱਧਰੋਂ ਧੰਨ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਆਪਣੇ ਸਿੱਖਾਂ ਦੇ ਸਮੇਤ ਆਪਣੇ ਸਿੱਖ ਦੀਆਂ ਵਾਟਾਂ ਘੱਟ ਕਰਨ ਦੀ ਖਾਤਰ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ। ਗੁਰੂ ਕੇ ਪਿਆਰੇ ਜਦੋਂ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ, ਮਹਾਰਾਜ ਦਾ ਤਖ਼ਤ ਲੱਗਿਆ ਤੇ ਮਹਾਰਾਜ ਤਖ਼ਤ ਦੇ ਉੱਤੇ ਸ਼ੋਭਾਇਮਾਨ ਨੇ ਤੇ ਸੰਗਤਾਂ ਦਾ ਇਕੱਠ ਇੰਨਾ ਕੁ ਜ਼ਿਆਦਾ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੋਂ ਬਾਅਦ ਗੋਬਿੰਦ ਰਾਏ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਸ ਬਣੇ। ਜੋ 10ਵੇਂ ਵਾਰਸ ਬਣੇ, ਸਿੱਖ ਸੰਗਤਾਂ ਨੇ ਗੁਰੂ ਮਹਾਰਾਜ ਨੂੰ ਭਟਾਵਾਂ ਦਿੱਤੀਆਂ, ਮਹਾਰਾਜ ਦੀ ਖਾਤਰ ਸੁਗਾਤਾਂ ਲੈ ਕੇ ਆਏ, ਮਹਾਰਾਜ ਦੀ ਖਾਤਰ ਕੀਮਤੀ ਤੋਹਫੇ ਲੈ ਕੇ ਆਏ ਕਿ ਮਹਾਰਾਜ ਤਖ਼ਤ ਦੇ ਉੱਤੇ ਬੈਠੇ ਨੇ, ਮਹਾਰਾਜ ਨੂੰ ਵਧਾਈਆਂ ਦੇਈਏ। ਇੱਧਰੋਂ ਭਾਈ ਜਾਤਾ ਜੀ ਸੀਸ ਲੈ ਕੇ ਆ ਰਹੇ ਨੇ ਤੇ ਇੱਧਰ ਸਿੱਖ ਸੰਗਤਾਂ ਧੰਨ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਨੂੰ ਵਧਾਈਆਂ ਦੇ ਰਹੀਆਂ ਨੇ। ਮਹਾਰਾਜ ਨੂੰ ਵਧਾਈਆਂ, ਹੁਣ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਸ ਬਣੇ ਹੋ, ਮਹਾਰਾਜ ਨੂੰ ਵਧਾਈਆਂ ਮਿਲਦੀਆਂ ਨੇ। ਗੁਰੂ ਕੇ ਪਿਆਰੇ ਐਡਾ ਇਕੱਠ ਹੋ ਗਿਆ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਸੰਗਤਾਂ ਦੀਆਂ ਲਾਈਨਾਂ ਲੱਗ ਗਈਆਂ, ਕੋਈ ਸਵੇਰ ਦਾ ਖੜਾ, ਕੋਈ ਰਾਤ ਦਾ ਖੜਾ, ਕੋਈ ਕੱਲ ਦਾ ਖੜਾ, ਆਪਣੀ ਵਾਰੀ ਦੀ ਉਡੀਕ ਕਰ ਰਿਹਾ ਕਿ ਕਦੋਂ ਜਾ ਕੇ ਮਹਾਰਾਜ ਦੇ ਦਰਸ਼ਨ ਬਾਰੇ ਕਰੀਏ। ਤੇ ਗੁਰੂ ਕੇ ਪਿਆਰੇ ਮਹਾਰਾਜ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਇੱਧਰੋਂ ਭਾਈ ਜਾਤਾ ਜੀ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਨੇ, ਸਰੀਰ ਟੁੱਟਿਆ ਪਿਆ ਏ, ਅੱਗੇ ਚੱਲਿਆ ਨਹੀਂ ਜਾ ਰਿਹਾ, ਇੰਨਾ ਸਰੀਰ ਟੁੱਟ ਚੁੱਕਿਆ ਏ, ਕਿਉਂਕਿ ਸੀਸ ਲਾਉਣਾ ਕੋਈ ਸੌਖੀ ਗੱਲ ਨਹੀਂ ਸੀ। ਔਰੰਗਜ਼ੇਬ ਬਾਦਸ਼ਾਹ ਨੇ ਐਲਾਨ ਕਰ ਦਿੱਤਾ, ਜਿਹੜਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਚੱਕੇ ਉਹਦੇ ਟੁਕੜੇ ਕਰ ਕਰਕੇ ਨਾ ਦਿੱਲੀ ਦੇ ਸ਼ਾਹੀ ਦਰਵਾਜ਼ਿਆਂ ਦੇ ਉੱਤੇ ਲਟਕਾ ਦਿੱਤੇ ਜਾਣ। ਪਰ ਮਹਾਰਾਜ ਨੇ ਕਲਾ ਵਰਤਾਈ, ਐਸੀ ਕਲਾ ਵਾਪਰੀ ਭਾਈ ਜਾਤਾ ਜੀ, ਦਿਨ ਵੇਲੇ ਆਰਾਮ ਕਰਨਾ ਤੇ ਰਾਤ ਵੇਲੇ ਆਪਣੀ ਮੰਜ਼ਿਲ ਨੂੰ ਮੰਜ਼ਿਲ ਵੱਲ ਚਾਲਾ ਮਾਰਨਾ। ਰਾਤ ਦਿਨ ਮੰਜ਼ਿਲਾਂ ਨੂੰ ਮਾਰਦੇ ਹੋਇਆ ਜਦੋਂ ਕੀਰਤਪੁਰ ਸਾਹਿਬ ਨੂੰ ਧਰਤੀ ਉੱਤੇ ਪਹੁੰਚੇ, ਪਰ ਉਹ ਦਰ ਖੜਾ ਏ, ਸੰਗਤਾਂ ਖੜੀਆਂ ਨੇ, ਸੰਗਤਾਂ ਦਾ ਠਾਠਾ ਮਾਰਦਾ ਕੱਟ। ਭਾਈ ਜਾਤਾ ਜੀ ਪਹਿਰੇਦਾਰ ਨੂੰ ਕਹਿਣ ਲੱਗੇ, ਕਹਿਣ ਲੱਗੇ ਪਹਿਰੇਦਾਰਾ ਸਿੱਖਾ, ਮੈਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਨਜ਼ਾਰੇ ਕਰ ਰਿਹਾ, ਮੈਨੂੰ ਦਰਸ਼ਨ ਨਜ਼ਾਰੇ ਕਰਾ ਦੇ। ਹੁਣ ਪਹਿਰੇਦਾਰ ਸਿੱਖ ਕਹਿਣ ਲੱਗਾ, ਸਿੱਖਾ ਦਰਸ਼ਨ ਤਾਂ ਤੈਨੂੰ ਮੈਂ ਕਰਾ ਦੇਵਾ, ਪਰ ਜਿਹੜੀਆਂ ਅੱਜ ਸੰਗਤਾਂ ਖੜੀਆਂ ਨੇ, ਕੋਈ ਕੱਲ ਦਾ ਖੜਾ, ਕੋਈ ਸਵੇਰ ਦਾ ਖੜਾ, ਕੋਈ ਰਾਤ ਦਾ ਖੜਾ, ਇਹਨਾਂ ਤੋਂ ਬਾਅਦ ਵਾਰੀ ਆਵੇਗੀ ਤੇਰੀ, ਜੇ ਤੂੰ ਰੁਕ ਸਕਦਾ ਤਾਂ ਰੁਕ ਜਾ, ਤੈਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਾਰੇ ਹੋ ਜਾਣਗੇ, ਤੈਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪਵੇਗੀ। ਪਰ ਗੁਰੂ ਕੇ ਪਿਆਰੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪਤਾ ਹੈ ਕਿ ਦਿੱਲੀ ਦੀ ਧਰਤੀ ਤੇ ਕੀ ਹੋਇਆ, ਕਿਉਂਕਿ ਮਹਾਰਾਜ ਨੂੰ ਪਤਾ ਸੀ ਅਕਾਲ ਪੁਰਖ ਪਰਮਾਤਮਾ ਨੇ ਜੋਤੀ ਲਾ ਕੇ ਸੰਸਾਰ ਦੇ ਵਿੱਚ ਭੇਜਿਆ। ਤੇ ਗੁਰੂ ਕੇ ਪਿਆਰੇ ਭਾਈ ਜਾਤਾ ਜੀ ਕਹਿਣ ਲੱਗੇ, ਸਿੱਖਾਂ
ਮੇਰੇ ਕੋਲ ਇੰਨਾ ਸਮਾਂ ਨਹੀਂ, ਮੈਨੂੰ ਤਾਂ ਹੁਣ ਇਹ ਨਹੀਂ ਪਤਾ ਕਿ ਮੇਰਾ ਸਰੀਰ ਹੁਣ ਅੱਗੇ ਵੱਲ ਚਾਲਾ ਮਾਰੇਗਾ ਕਿ ਇੱਥੇ ਹੀ ਜਵਾਬ ਦੇ ਜਾਵੇਗਾ। ਹੁਣ ਮੈਂ ਤੋਂ ਅੱਗੇ ਵੱਲ ਚੱਲਿਆ ਨਹੀਂ ਜਾ ਰਿਹਾ। ਮੇਰੀ ਬੇਨਤੀ ਨਾਨੇ, ਮੈਂ ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਾਰੇ ਕਰਨ ਦੀ ਖਾਤਰ ਆਇਆ। ਮੇਰਾ ਇੱਕ ਸੁਨੇਹਾ ਜਾ ਕੇ ਇੱਕ ਵਾਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਦੇ ਦੇ ਕਿ ਦਿੱਲੀ ਦੀ ਧਰਤੀ ਤੋਂ ਇੱਕ ਸਿੱਖ ਆਇਆ ਮਹਾਰਾਜ, ਉਹ ਤੁਹਾਡੀ ਖਾਤਰ ਕੁਝ ਭੇਟਾ ਲੈ ਕੇ ਆਇਆ ਮਹਾਰਾਜ, ਉਹ ਤੁਹਾਡੇ ਦਰਸ਼ਨ ਦਾਰੇ ਕਰਨਾ ਚਾਹੁੰਦਾ। ਬਸ ਜਦੋਂ ਇੰਨੀ ਗੱਲ ਸੁਣੀ ਉਹ ਪਹਿਰੇਦਾਰ ਤੋਂ ਫਿਰ ਰਿਆਨ ਆ ਗਿਆ, ਸਿੱਖ ਦੀ ਸ਼ਰਧਾ ਦੇਖੀ, ਸ਼ਰਧਾ ਦੇ ਕੇ ਗੱਲ ਦਾ ਸਿੱਖਾ ਜੈਤਿਆ ਇੱਥੇ ਹੀ ਖਲੋ ਜਾ, ਮੈਂ ਮਹਾਰਾਜ ਤੋਂ ਆਗਿਆ ਲੈ ਕੇ ਆਉਣਾ। ਉਹ ਪਹਿਰੇਦਾਰ ਦੌੜਿਆ, ਦੌੜ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਗਿਆ। ਕਹਿ ਲੱਗਾ ਪਾਤਸ਼ਾਹ ਜੀ, ਉਹ ਤੁਹਾਡੇ ਮਿਲਣ ਦੀ ਖਾਤਰ ਇੱਕ ਸਿੱਖ ਆਇਆ, ਉਹ ਦਿੱਲੀ ਦੀ ਧਰਤੀ ਤੋਂ ਆਇਆ, ਉਹ ਕਹਿ ਰਿਹਾ ਮੈਂ ਤੁਹਾਡੀ ਖਾਤਰ ਕੁਝ ਭੇਟਾ ਲੈ ਕੇ ਆਇਆ ਮਹਾਰਾਜ। ਮਹਾਰਾਜ ਉਹ ਤੁਹਾਡੇ ਦਰਸ਼ਨ ਦਾਰ ਕਰਨ ਦੀ ਖਾਤਰ ਆਇਆ ਮਹਾਰਾਜ। ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਇੰਨੀ ਗੱਲ ਸੁਣੀ ਨਾ ਉਹ ਦਰਬਾਰ ਹੀ ਨੂੰ ਕਹਿਣ ਲੱਗੇ, ਪਹਿਰੇਦਾਰ ਨੂੰ ਕਹਿਣ ਲੱਗੇ ਸਿੱਖਾ ਜਲਦੀ ਨਾਲ ਜਾ, ਕਿਤੇ ਉਹ ਸਿੱਖ ਚੱਲਿਆ ਨਾ ਜਾਵੇ, ਉਹ ਸਿੱਖ ਨੂੰ ਜਲਦੀ ਦੇ ਨਾਲ ਕਾਹਲੀ ਦੇ ਨਾਲ ਸਾਡੇ ਕੋਲ ਭੇਜ, ਉਹ ਸਾਡੀ ਖਾਤਰ ਬਹੁਤ ਕੀਮਤੀ ਤੋਹਫਾ ਲੈ ਕੇ ਆਇਆ, ਚਲਦੀ ਤੋਂ ਨਾਲ ਜਾ। ਗੁਰੂ ਕੇ ਪਿਆਰੋ ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਪਹਿਰੇਦਾਰ ਦੌੜਿਆ ਕਾਹਲੀ ਦੇ ਨਾਲ ਭਾਈ ਚਾਤਾ ਜੀ ਦੇ ਕੋਲ ਪਹੁੰਚਿਆ। ਕਹਿਣ ਲੱਗਾ ਸਿੱਖਾ ਐਜਾ ਕੀ ਜਾਦੂ ਕੀਤਾ, ਉਹ ਤੇਰੀ ਅਰਦਾਸ ਪ੍ਰਵਾਨ ਹੋ ਗਈ, ਤੇਰੀ ਅਰਦਾਸ ਸੁਣੀ ਗਈ, ਤੈਨੂੰ ਖੁਸ਼ ਹੋਣਾ ਚਾਹੀਦਾ ਕਿ ਤੈਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਾਰੇ ਹੋ ਰਹੇ ਨੇ, ਨਹੀਂ ਤਾਂ ਆਹ ਸਾਰੀਆਂ ਸੰਗਤਾਂ ਦੇਖ ਲਾ, ਕੋਈ ਕੱਲ ਦੀ ਉਡੀਕ ਕਰ ਰਿਹਾ, ਕੋਈ ਰਾਤ ਦੀ ਉਡੀਕ ਕਰ ਰਿਹਾ, ਕੋਈ ਸਵੇਰ ਦਾ ਖੜਾ ਹੈ, ਉਹ ਆਪਣੀ ਵਾਰੀ ਦੀ ਉਡੀਕ ਕਰ ਰਿਹਾ। ਤੂੰ ਬਟ ਭਾਗਾ ਹੈ, ਤੈਨੂੰ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ। ਤੇ ਗੁਰੂ ਕੇ ਪਿਆਰੇ ਇੱਧਰੋਂ ਕਲਗੀਧਰ ਪਾਤਸ਼ਾਹ ਮਹਾਰਾਜ ਸੰਗਤਾਂ ਖੜੀਆਂ ਨੇ, ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ ਸੰਗਤ ਜੀ, ਸਾਡਾ ਸਿੱਖ ਸਾਡੀ ਕਾਤਰ ਇੱਕ ਭੇਟਾ ਲੈ ਕੇ ਆ ਰਿਹਾ, ਉਹ ਸਿੱਖ ਆ ਰਿਹਾ ਸਾਡੇ ਕੋਲ, ਉਹ ਸਾਡੇ ਉਹ ਸੰਗਤਾਂ ਦੇ ਵਿੱਚ ਜਾ ਰਿਹਾ, ਉਹ ਸਿੱਖ ਦੇ ਲਈ ਜਗ੍ਹਾ ਛੱਡ ਦਿੱਤੀ ਜਾਵੇ ਤਾਂ ਜੋ ਸਾਡੇ ਤੱਕ ਜਲਦੀ ਪਹੁੰਚ ਜਾਵੇ। ਬਸ ਇੰਨੀ ਗੱਲ ਸੁਣ ਦੀ ਦੇਰ ਸੀ ਭਾਈ ਜਾਂਦਾ, ਅੱਜ ਆਪਣੇ ਹੱਥਾਂ ਦੇ ਉੱਤੇ ਵਿੱਚ ਇੱਕ ਟੋਕਰੀ ਹੈ, ਟੋਕਰੀ ਦੇ ਵਿੱਚ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਧੰਨ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਦਾ ਅਸੀਸ ਹੈ, ਉਹ ਟੋਕਰੀ ਦੇ ਵਿੱਚ ਰੱਖ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਲ ਅੱਜ ਆ ਰਿਹਾ ਹੈ। ਅੱਜ ਹੋਰੇ ਹੋਰੇ ਕੱਪੜਿਆਂ ਦੇ ਨਾਲ ਤੁਰਿਆ ਨਹੀਂ ਜਾ ਰਿਹਾ, ਕਿਉਂਕਿ ਗੁਰੂ ਕੇ ਪਿਆਰੇ ਦਿੱਲੀ ਦੀ ਬਾਤ ਥੋੜੀ ਨਹੀਂ ਹੈ, ਤੁਰ ਕੇ ਰਾਤ ਦਿਨ ਮੰਜ਼ਲਾ ਮਾਰਦਾ ਹੋਇਆ ਅੱਜ ਸਰੀਰ ਤੱਕੇ ਟੁੱਟਿਆ ਪਿਆ ਹੈ ਹੌਲੇ ਹੌਲੇ ਕਦਮਾਂ ਦੇ ਨਾਲ, ਪਰ ਅੰਦਰ ਖੁਸ਼ੀ ਵੀ ਹੈ ਕਿ ਮੈਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ। ਅੱਜ ਤੁਰਿਆ ਜਾ ਰਿਹਾ ਹੈ, ਸੰਗਤਾਂ ਨੂੰ ਵਿੱਚ ਸੰਗਤਾਂ ਦੇ ਵਿੱਚ ਵੀ ਚੀਰਦਾ ਹੋਇਆ, ਸੰਗਤਾਂ ਵਿੱਚ ਵੀ ਹੁੰਦਾ ਹੋਇਆ ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚ ਰਿਹਾ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ, ਤਨ ਮਨ ਹੋਏ ਦੇਹਾਲ, ਜਾਗਰ ਦੇਤਾ ਸਾਹਮਣੇ ਅੰਦਰਲਾ ਠਰ ਗਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਾਰੇ ਹੋ ਗਏ ਨੇ। ਗੁਰੂ ਕੇ ਪਿਆਰੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਾਰੇ ਕੀਤੇ, ਜਿਹੜੀ ਹੱਥਾਂ ਦੇ ਵਿੱਚ ਟੋਕਰੀ ਸੀ ਉਸ ਨੂੰ ਥੱਲੇ ਰੱਖਿਆ, ਥੱਲੇ ਰੱਖ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕੀਤੀ, ਨਮਸਕਾਰ ਕਰਕੇ ਕਹਿਣ ਲੱਗਾ ਪਾਤਸ਼ਾਹ ਜੀ
ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਹੋਣ, ਤੁਸੀਂ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਸ ਬਣੇ। ਮਹਾਰਾਜ ਨੂੰ ਵਧਾਈਆਂ ਦਿੱਤੀਆਂ, ਜਦੋਂ ਵਧਾਈਆਂ ਦਿੱਤੀਆਂ ਕਹਿ ਲੱਗਾ ਪਾਤਸ਼ਾਹ ਜੀ ਦਿੱਲੀ ਦਰਬਾਰ ਤੋਂ ਚੱਲ ਕੇ ਆਇਆ ਮਹਾਰਾਜ, ਅੱਜ ਬੜਾ ਖੁਸ਼ੀਆਂ ਦਾ ਦਿਨ ਹੈ ਮਹਾਰਾਜ, ਅੱਜ ਸਿੱਖ ਸੰਗਤਾਂ ਖੜੀਆਂ ਨੇ, ਤੁਸੀਂ ਤਖ਼ਤ ਤੇ ਬੈਠੇ ਹੋ, 10ਵੇਂ ਵਾਰਸ ਬਣੇ ਹੋ, ਸੰਗਤਾਂ ਤੁਹਾਨੂੰ ਵਧਾਈਆਂ ਦੇ ਰਹੀਆਂ ਨੇ, ਸੰਗਤਾਂ ਤੁਹਾਡੀ ਖਾਤਰ ਕੀਮਤੀ ਭਟਾਵਾਂ ਲੈ ਕੇ ਆ ਰਹੀਆਂ ਨੇ, ਤੋਹਫੇ ਲੈ ਕੇ ਆ ਰਹੀਆਂ ਨੇ, ਬੜੇ ਬੇਸ਼ਕੀਮਤੀ ਤੋਹਫੇ ਤੁਹਾਡੀ ਤੁਹਾਡੇ ਚਰਨਾਂ ਵਿੱਚ ਪੇਸ਼ ਕੀਤੇ ਜਾ ਰਹੇ ਨੇ। ਮਹਾਰਾਜ ਮੈਂ ਵੀ ਦਿੱਲੀ ਦਰਬਾਰ ਤੋਂ ਤੁਹਾਡੀ ਖਾਤਰ ਇੱਕ ਤੋਹਫਾ ਲੈ ਕੇ ਆਇਆ ਮਹਾਰਾਜ, ਤੁਹਾਨੂੰ ਦਰਸ਼ਨ ਕਰਾਉਣਾ ਚਾਹੁੰਦਾ ਹੈ। ਤੱਕਿਆ ਗੁਰੂ ਕੇ ਪਿਆਰੇ ਕਲਗੀ ਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖੜੋ ਕੇ ਭਾਈ ਜੈਤਾ ਜੀ ਆਪਣੇ ਮੁੱਖ ਦੇ ਵਿੱਚ ਕਿਹੜੇ ਤੋਹਫੇ ਦੀ ਗੱਲ ਕਰ ਰਿਹਾ ਹੈ, ਉਹਨਾਂ ਸਤਿ ਦੇ ਸਾਹਮਣੇ ਤੁਹਾਡੀ ਜਰਨੈਲ ਸਿੰਘ ਖਾਲਸਾ ਲਲਤੋਂ ਕੋਲੋਂ ਤੁਹਾਨੂੰ ਤਗਾ ਕੇ
ਸਾਨੂੰ ਦਿੱਲੀਓ ਆਇਆ ਹੈ।
ਬੋਲੀਆਂ